ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਔਰ ਜੀ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜੀ ਹਲਾਂ ਤੇ ਪਰਫਾਰਮੈਂਸ ਚੰਦਾ ਜੀ 5 ਦੀ 15 ਹਲਾਂ ਦੇ ਉੱਪਰ ਆ ਹਲ 15 ਲੈ ਆਂਦੇ ਆ ਜੀ ਪਾ ਕੇ ਮਗਰ ਇਹ ਹਲ ਸਾਡੇ ਕੋਲ ਪਿੰਡ ਆ ਜੀ ਗੜਵਿੰਡੀ ਉਹਦੇ ਅੱਡੇ ਤੇ ਕੀ ਬਣਾਉਂਦਾ ਉਹਨੂੰ ਗੱਲ ਦਾ ਨਾਂ ਨੂੰ ਪਤਾ ਨਹੀਂ ਕੀ ਰੱਖਿਆ ਹੋਇਆ ਜੀ ਉੱਥੋਂ ਬਣਵਾਇਆ ਜੀ ਦੋ ਦੋ ਹਲ ਇਹ ਫੋਲਡ ਹੋ ਜਾਂਦੇ ਆ ਜੀ ਆਮ ਨੋਰਮਲੀ ਹਲਾਂ ਦੀ ਜਿਹੜੀ ਪਮਾਇਸ਼ ਹੁੰਦੀ ਆ ਜੀ ਉਹ 9 ਇੰਚ 'ਤੇ ਹੁੰਦੇ ਆ ਹਲ ਹਲ ਵੀ ਤਵੀਆਂ ਵੀ ਸੰਦਾਂ ਦਾ ਇਹ ਹੁੰਦਾ ਪਮਾਇਸ਼ ਜਿਹੜੀ ਆ 9 ਇੰਚ 'ਤੇ ਹੁੰਦੇ ਆ ਜੀ ਪਰ ਇਹ ਹਲ ਨੇ ਜੀ ਜਿਹੜੇ ਸਾਡੇ ਇਹ 9.5 ਇੰਚ ਦੇ ਹਲ ਆ ਜੀ ਇਹਦੇ ਕਰਕੇ ਥੋੜ੍ਹਾ ਜਿਹਾ ਬਿਰਲਾ ਹੁੰਦਾ ਕਹਿ ਲਓ ਬਿਰਲਾ ਹੋਣ ਦਾ ਫਾਇਦਾ ਇਹ ਆ ਜੀ ਘਾਹ ਘੂ ਨਹੀਂ ਫਸਦਾ ਕੋਈ ਵੀ ਚੀਜ਼ ਇਹਦੇ ਵਿੱਚ ਫਸਦੇ ਨਹੀਂ ਆਹ ਆਪਾਂ ਹੁਣ ਇੱਕ ਪਾਸੇ ਵਾਲੇ ਹੈ ਦੋ ਹਲ ਜਿਹੜੇ ਸੀ ਉਹ ਖੋਲ ਲਏ ਮੈਨੂਅਲੀ ਖੁੱਲਦੇ ਆ ਜੀ ਇਹ ਹਾਈਡਰੋਲਿਕ ਨਹੀਂ ਗੇ ਜਿਵੇਂ ਡਿਸਕਾਂ ਤਾਂ ਆਪਣੀਆਂ ਹਾਈਡਰੋਲਿਕ ਨੇ ਇਹ ਹਾਈਡਰੋਲਿਕ ਨਹੀਂ ਗੇ ਸਪਰਿੰਗਾਂ ਵਾਲੇ ਹਲ ਆ ਜੀ ਸਾਈਡ ਵਾਲੇ ਹਲਾਂ ਨੂੰ ਅਸੀਂ ਸਪੈਸ਼ਲੀ ਵਿੱਚ ਵਾਲੇ ਹਲ ਤਾਂ ਟੁੱਟਦੇ ਨਹੀਂ ਹੁੰਦੇ ਜੀ ਵਿੱਚ ਵਾਲੇ ਹਲ ਤਾਂ ਹਮੇਸ਼ਾ ਠੀਕ ਹੀ ਰਹਿੰਦੇ ਵਿੱਚ ਵਾਲੇ ਹਲਾਂ ਨੂੰ ਅਸੀਂ ਪੱਤੀ ਹੈ ਜਿਹੜੀ ਆ ਦੇਖੋ ਤੁਸੀਂ ਸੋਚ ਸਕਦੇ ਹੋ ਇੰਚੀ ਦੀ ਟੈਨ ਆ ਹੈਵੀ ਸਪਰਿੰਗ ਨੇ ਅਤੇ ਪੱਤੀ 200 ਦੀ ਜਿਹੜੀ ਸਾਈਡ ਵਾਲੇ ਹਲ ਨੂੰ ਅਸੀਂ 3-3 ਸਪਰਿੰਗ ਪਾਏ ਹੋਏ ਆ ਜੀ ਜਿਹਨੇ ਜ਼ਿਆਦਾ ਖਿੱਚ ਨਾ ਹੁੰਦਾ ਬੱਟਾਂ ਦੇ ਨਾਲ ਲੱਗ ਕੇ ਜਾਂ ਜੜਾਂ ਜੜਾਂ ਫਸਣਾ ਹੁੰਦਾ ਇਹਨੂੰ ਸਪਰਿੰਗ ਵੀ 3 ਕਰਾਏ ਅਤੇ ਪੱਤੀ ਵੀ 300 ਦੀ ਹੈ ਜੀ ਹੈਵੀ ਪੱਤੀ ਆ ਜਿਹੜੀ ਲੱਗੀ ਹੋਈ ਹੈ ਇਸੇ ਤਰ੍ਹਾਂ ਹੀ ਇੱਧਰਲੇ ਪਾਸੇ ਵੀ ਅਸੀਂ ਜਿਹੜਾ ਸਾਈਡ ਵਾਲਾ ਹਾਲ ਆ ਜੀ ਹੁਣ ਤਾਂ ਇਸ ਟਾਈਮ ਉੱਪਰ ਟੰਗਿਆ ਹੋਇਆ ਉਹ ਆਪਾਂ ਦੇਖ ਸਕਦੇ ਹਾਂ ਤੁਸੀਂ ਉੱਪਰ ਟੰਗਿਆ ਹੋਇਆ ਇਸ ਸਾਈਡ ਵਾਲੇ ਹਾਲ ਦੀ ਪੱਤੀ ਜਿਹੜੀ ਇੱਧਰਲੀ ਵੀ ਹੈਵੀ ਲਾਈ ਹੋਈ ਹੈ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਆਹ ਬੁੱਲੇ ਕੱਢਣੇ ਹੁੰਦੇ ਆ ਜੀ ਇਸ ਤਰ੍ਹਾਂ ਫਿਰ ਆਹ ਦੇਖੋ ਹੱਥ ਉੱਥੋਂ ਹੱਥ ਪਾ ਲੈਣਾ ਉੱਤੋਂ ਥੋੜ੍ਹਾ ਜਿਹਾ ਇਸ ਤਰ੍ਹਾਂ ਕਰਕੇ ਖਿੱਚਣਾ ਜੀ ਇਸ ਤਰ੍ਹਾਂ ਖੁੱਲ ਜਾਂਦੇ ਆ ਜੀ ਉਸ ਤੋਂ ਬਾਅਦ ਫਿਰ ਗੁੱਲੇ ਪਾ ਕੇ ਦੋ ਗੁੱਲੇ ਉੱਧਰ ਪੈਂਦੇ ਆ ਜੀ ਦੋ ਉੱਧਰ ਇਸ ਤਰ੍ਹਾਂ ਕਰਕੇ ਚਾਰ ਗੁੱਲੇ ਪੈਂਦੇ ਆ ਚਾਰ ਗੁੱਲੇ ਪਾ ਕੇ ਪਿੰਨਾਂ ਪਾ ਦੇਣੀਆਂ ਜੀ ਬਸ ਹਲ 15 ਰੈਡੀ ਹੁਣ ਦੇਖ ਸਕਦੇ ਹੋ ਤੁਸੀਂ ਕਿੰਨਾ ਬਾਇਆ ਬਣਦਾ ਜੀ 15 ਕਾਫੀ ਚੌੜੇ ਬਣ ਜਾਂਦੇ ਆ ਵੈਸੇ ਵੀ 9 ਇੰਚ ਦੇ ਆਮ ਹਲ ਹੁੰਦੇ ਆ ਅਤੇ 7.5 ਇੰਚ ਕਹਿ ਲਓ ਅੱਧਾ ਫੁੱਟ ਤੋਂ ਉੱਪਰ ਥੋੜ੍ਹਾ ਜਿਹਾ ਇਹ ਵੈਸੇ ਹੀ ਅੱਧਾ ਅੱਧਾ ਇੰਚ ਦਾ ਫਰਕ ਪਾਇਆ ਹੋਇਆ ਉਹਦੇ ਕਰਕੇ ਵੱਧ ਜਾਂਦੇ ਆ ਜੀ ਅਤੇ ਵੈਸੇ ਵੀ ਇਹ 9 ਹਲ ਜਦੋਂ 15 ਹੋ ਜਾਂਦੇ ਆ ਅਤੇ ਜ਼ਿਆਦਾ ਹੋ ਜਾਂਦੇ ਆ ਤੁਹਾਨੂੰ ਦਿਖਾਉਣਾ ਜੀ ਪਰਫੋਰਮੈਂਸ ਟਰੈਕਟਰ ਦੇ ਤਿੰਨ ਹਲ ਵੱਧ ਤੋਂ ਵਧੀਆ ਸਵੇਰ ਆਪਾਂ ਨੂੰ ਗੇਟ ਆਨ ਕਰਨਾ ਚਾਹੀਦਾ ਜੀ ਅਤੇ ਦੋ
चलता देख सकते हो भी दूजे दे विच आ जी दोने लीवर डाउन ने 15 नाल ने भी दूजे दे विच दोने लीवर डाउन 15 हाल मंजी लाई तरह अंदर ट्रैक्टर बिल्कुल बराबर हाल लग रहे ने चारे पासे हो कोई लोड नहीं मार रहा कोई कुछ नहीं ट्रैक्टर ढेर लाई तरह अंदर ने अंदरला टायर बनाने उत्ते 15 हाल ने स्प्रिंग हाल हैवी हाल होंगे ने काफी देख सकते हो जी दोनों लीवर में तो दिखा के उतरे हैं जी तुम चढ़ लगे फिर दिखा दूंगा एक कोई ब्लॉक ये दे बेच है स्लिप ही तो हम कोई दो ही ट्रैक्टर के स्लिप जा रही है Thank you.
जाके उधर